ਵੈਲਕਮ ਟੂ ਈਜ਼ੀ ਕੁਕਿੰਗ ਬਾਈ ਪਰਮਜੀਤ ਕੌਰ। ਦੇਖੋ ਜੀ, ਗਰਮੀ ਦਾ ਮੌਸਮ ਹੈ ਅਤੇ ਅੱਜ ਕੱਲ੍ਹ ਟਮਾਟਰ ਬਹੁਤ ਆ ਰਿਹਾ। ਉਹ ਟਮਾਟਰ ਜਿਹੜਾ ਆ ਰਿਹਾ ਉਹ ਦੇਸੀ ਆ ਰਿਹਾ, ਬਹੁਤ ਜੂਸੀ ਹੁੰਦਾ ਟਮਾਟਰ। ਅਤੇ ਇਹ ਜਿਹੜਾ ਟਮਾਟਰ ਹੈ ਅੱਜ ਕੱਲ੍ਹ ਸਸਤਾ ਵੀ ਬਹੁਤ ਹੁੰਦਾ, ਕਿਉਂਕਿ ਗਰਮੀ 'ਚ ਬਹੁਤ ਟਮਾਟਰ ਆਉਂਦਾ। ਅਤੇ ਅਸੀਂ ਇਹ ਦੇਸੀ ਟਮਾਟਰਾਂ ਦਾ ਅੱਜ ਬਿਲਕੁਲ ਘਰੇਲੂ ਸਟਾਈਲ ਨਾਲ ਟਮਾਟਰਾਂ ਦੀ ਸੌਸ ਬਣਾਵਾਂਗੇ। ਇਹ 2 ਕਿਲੋ ਦੇ ਕਰੀਬ ਕਰੀਬ ਹੈਗੇ ਨੇ ਜੀ। ਅਸੀਂ ਅੱਛੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰ ਲਿਆ ਅਤੇ ਵਾਸ਼ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਰਫਲੀ ਕੱਟ ਲੈਣਾ। ਬਹੁਤ ਹੀ ਆਸਾਨ ਤਰੀਕਾ ਹੈ ਟਮਾਟਰ ਦੀ ਸਾਸ ਬਣਾਉਣ ਦਾ। ਐਸਾ ਤਰੀਕਾ ਦੱਸਾਂਗੇ ਕਿ ਇੱਕ ਬਿਗਨਰ ਵੀ ਬੜੀ ਆਸਾਨੀ ਨਾਲ ਬਣਾ ਸਕਦਾ। ਲਓ ਜੀ, ਬਹੁਤ ਅਸੀਂ ਰਫਲੀ ਇਹਦੇ 4-4 ਪੀਸ ਕਰ ਲੈਣੇ ਨੇ। ਦੇਖੋ ਜੀ, ਜੇ ਇੱਕ ਵਾਰੀ ਤੁਸੀਂ ਸਾਡੇ ਹਿਸਾਬ ਨਾਲ ਸੌਸ ਬਣਾ ਕੇ ਖਾ ਲਈ ਤਾਂ ਇਹ ਮੇਰੀ ਗਰੰਟੀ ਹੈ ਕਿ ਤੁਸੀਂ ਬਾਜ਼ਾਰੋਂ ਕਦੀ ਸੌਸ ਨਹੀਂ ਲਾਓਗੇ, ਕਿਉਂਕਿ ਇਹ ਸਵਾਦ ਹੀ ਇੰਨੀ ਬਣਨੀ ਹੈ ਔਰ ਬੜੀ ਈਜ਼ੀ ਹੈ ਇਹਨੂੰ ਬਣਾਉਣਾ, ਉਹ ਬਹੁਤ ਜਲਦੀ ਇਹ ਬਣਦੀ ਹੈ। ਸਿੰਪਲ ਤਰੀਕੇ ਘਰੇਲੂ ਸਟਾਈਲ ਨਾਲ ਅਸੀਂ ਬਣਾਉਣੀ ਹੈ। ਲਓ ਜੀ, ਸਾਰੇ ਟਮਾਟਰ ਅਸੀਂ ਰਫਲੀ ਕੱਟ ਲੈਣੇ ਜੀ। ਲਓ ਜੀ, ਟਮਾਟਰ ਦੀ ਸਾਸ ਬਣਾਉਣ ਦਾ ਪਹਿਲਾ ਸਟੈਪ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲੇ ਗੈਸ ਅਤੇ ਕੁੱਕਰ ਅਸੀਂ ਰੱਖਤਾ ਜੀ, ਅਤੇ ਜਿਹੜੇ ਅਸੀਂ ਰਫਲੀ ਚੌਪ ਕੀਤੇ ਨੇ ਟਮਾਟਰ ਉਹ ਅਸੀਂ ਇਹ 'ਚ ਐਡ ਕਰ ਦੇਣੇ ਨੇ। ਲਓ ਜੀ, ਸਾਰੇ ਟਮਾਟਰ ਅਸੀਂ ਕੁੱਕਰ 'ਚ ਐਡ ਕਰਤੇ ਨੇ। ਲਓ ਜੀ, ਕੁੱਕਰ ਨੂੰ ਹੁਣ ਅਸੀਂ ਬੰਦ ਕਰਦੇ ਹਾਂ। ਇਹਨੂੰ ਅਸੀਂ 1 ਵਿਸਲ ਦਵਾਉਣੀ ਹੈ। ਜਦੋਂ ਇਹਦੀ 1 ਵਿਸਲ ਹੋ ਜਾਏ ਤਾਂ ਗੈਸ ਦਾ ਫਲੇਮ ਲੋਅ ਕਰ ਦੇਣਾ। ਲਓ ਜੀ, 1 ਵਿਸਲ ਹੋ ਗਈ ਹੈ ਜੀ, ਅਤੇ ਜਿਹੜਾ ਇਹਦਾ ਫਲੇਮ ਹੈ ਹੁਣ ਅਸੀਂ ਲੋਅ ਕਰ ਦੇਣਾ। ਅਤੇ ਇਸ ਤੋਂ ਬਾਅਦ ਅਸੀਂ ਇਹਨੂੰ ਲੋਅ ਫਲੇਮ 'ਤੇ 5 ਮਿੰਟ ਕੁੱਕ ਕਰਾਂਗੇ ਅਤੇ ਇਹਦੇ 'ਚ ਪੂਰੀ ਤਰ੍ਹਾਂ ਗਲ ਜਾਵਾਂਗੇ। ਅਤੇ ਉਸ ਤੋਂ ਬਾਅਦ ਜਦੋਂ ਕੁੱਕਰ ਦੀ ਸਟੀਮ ਆਪਣੇ ਆਪ ਨਿਕਲੇਗੀ ਫਿਰ ਖੋਲ੍ਹ ਕੇ ਚੈੱਕ ਕਰਾਂਗੇ। ਲਓ ਜੀ, 5 ਮਿੰਟ ਲੋਅ ਫਲੇਮ 'ਤੇ ਕੁੱਕ ਹੁੰਦੇ ਹੋ ਗਏ ਜੀ, ਅਤੇ ਗੈਸ ਅਸੀਂ ਕਰਤੀ ਬੰਦ। ਜਦੋਂ ਹੁਣ ਇਹਦੀ ਸਟੀਮ ਆਪਣੇ ਆਪ ਨਿਕਲੇਗੀ ਤਾਂ ਫਿਰ ਅਸੀਂ ਖੋਲ੍ਹ ਕੇ ਚੈੱਕ ਕਰਾਂਗੇ। ਕੁੱਕਰ 'ਚੋਂ ਸਟੀਮ ਨਿਕਲ ਗਈ ਹੈ ਜੀ, ਅਤੇ ਹੁਣ ਅਸੀਂ ਖੋਲ੍ਹ ਕੇ ਚੈੱਕ ਕਰਦੇ ਹਾਂ। ਅਸੀਂ ਲੋਅ ਫਲੇਮ 'ਤੇ 5 ਮਿੰਟ ਇਹਨੂੰ ਕੁੱਕ ਕੀਤਾ ਜੀ। ਆ ਦੇਖੋ ਜੀ, ਟਮਾਟਰ ਸਾਡੇ ਬਹੁਤ ਅੱਛੀ ਤਰ੍ਹਾਂ ਗਲ ਚੁੱਕੇ ਨੇ। ਦੇਖੋ ਜੀ, ਇਹਦੇ 'ਚ ਪਾਣੀ ਪਾਉਣਾ ਵੀ ਨਹੀਂ ਹੈ ਔਰ ਅਸੀਂ ਪਾਇਆ ਵੀ ਨਹੀਂ। ਦੇਖੋ ਜੀ ਕਿ ਕਿੰਨਾ ਪਾਣੀ ਇਹਦਾ ਹੋ ਗਿਆ, ਇਹ ਸਾਰਾ ਟਮਾਟਰਾਂ ਦਾ ਜੂਸ ਹੈ। ਦੇਖੋ ਜੀ, ਹਾਲੇ ਬਹੁਤ ਗਰਮ ਹੈ। ਜਿਹੜਾ ਨੈਕਸਟ ਪ੍ਰੋਸੈਸ ਹੈ, ਮਿਕਸਰ ਗ੍ਰਾਈਂਡਰ 'ਚ ਇਹਦੀ ਫਾਈਨ ਪੇਸਟ ਬਣਾਉਣੀ ਹੈ, ਅਤੇ ਉਹਦੇ ਵਾਸਤੇ ਇਹਨੂੰ ਅਸੀਂ ਕੰਪਲੀਟ ਪਹਿਲੇ ਠੰਡਾ ਕਰਾਂਗੇ, ਉਸ ਤੋਂ ਬਾਅਦ ਅਸੀਂ ਇਹਦੀ ਪੇਸਟ ਬਣਾਵਾਂਗੇ। ਲਓ ਜੀ, ਟਮਾਟਰ ਜਿਹੜੇ ਅਸੀਂ ਕੁੱਕ ਕੀਤੇ ਸੀ ਉਹ ਠੰਡੇ ਹੋ ਗਏ ਜੀ, ਅਤੇ ਅਸੀਂ ਹੁਣ ਮਿਕਸਰ ਗ੍ਰਾਈਂਡਰ 'ਚ ਇਹਨੂੰ ਐਡ ਕਰਦੇ ਹਾਂ। ਲਓ ਜੀ, ਮਿਕਸਰ ਗ੍ਰਾਈਂਡਰ 'ਚ ਅਸੀਂ ਟਮਾਟਰ ਐਡ ਕਰਦੇ ਨੇ ਅਤੇ ਹੁਣ ਇਹਦੀ ਫਾਈਨ ਪੇਸਟ ਬਣਾਵਾਂਗੇ। ਇਹ ਦੇਖੋ ਜੀ, ਬਹੁਤ ਫਾਈਨ ਪੇਸਟ ਬਣ ਗਈ। ਲਓ ਜੀ, ਨੈਕਸਟ ਪ੍ਰੋਸੈਸ ਹੈ ਜੀ, ਇਹਨੂੰ ਛੱਲੀ ਨਾਲ ਅਸੀਂ ਛਾਣ ਲੈਣਾ। ਜਿਹੜੇ ਛਿਲਕੇ ਜਾਂ ਬੀਜ ਹੋਣਗੇ ਉਹ ਬਾਹਰ ਰਹਿ ਜਾਣਗੇ ਅਤੇ ਜੂਸ ਥੱਲੇ ਆ ਜਾਏਗਾ। ਕਿਸੇ ਚੀਜ਼ ਦੀ ਮਦਦ ਨਾਲ ਇਹਨੂੰ ਅਸੀਂ ਹਿਲਾ ਲਾ ਕੇ ਛਾਣ ਲੈਣਾ ਜੀ। ਇਹ ਦੇਖੋ ਜੀ, ਜਿਹੜਾ ਇਹਦਾ ਵੇਸਟ ਹੈ ਉਹ ਅਸੀਂ ਬਾਹਰ ਕੱਢੀ ਜਾਣਾ। ਇੱਥੇ ਛਿਲਕੇ ਹੈ ਜਾਂ ਬੀਜ ਹੈ, ਅਤੇ ਇਸੇ ਤਰ੍ਹਾਂ ਅਸੀਂ ਸਾਰਾ ਜਿਹੜੇ ਟਮਾਟਰ ਨੇ ਸਾਰੇ ਦੇ ਸਾਰੇ ਅਸੀਂ ਇਸ ਤਰ੍ਹਾਂ ਅਸੀਂ
ਛਾਨ ਲੈਣੇ। ਲਓ ਜੀ ਅਸੀਂ ਸਾਰਾ ਟਮਾਟਰ ਅਸੀਂ ਜਿਹੜਾ ਪੇਸਟ ਬਣਾਏ ਸੀ ਛਾਨ ਲਿਆ ਜੀ, ਅਤੇ ਵੇਸਟ ਅਲੱਗ ਨਿਕਲ ਗਿਆ, ਅਤੇ ਇਹ ਸਾਡਾ ਦੇਖੋ ਜੀ ਬਿਲਕੁਲ ਫਾਈਨ ਪੇਸਟ ਨਿਕਲ ਗਈ। ਲਓ ਜੀ ਨੈਕਸਟ ਪ੍ਰੋਸੈਸ ਹੈ ਜੀ, ਗੈਸ 'ਤੇ ਅਸੀਂ ਪੈਨ ਰੱਖਤਾ ਅਤੇ ਇਹਨੂੰ ਅਸੀਂ ਥੋੜ੍ਹਾ ਥਿੱਕ ਕਰਾਂਗੇ, ਇਹਨੂੰ ਨਾਲ ਨਾਲ ਅਸੀਂ ਇਹਨੂੰ ਹਿਲਾਈ ਜਾਣਾ ਤਾਂ ਕਿ ਨੀਚੇ ਨਾ ਲੱਗ ਜਾਵੇ। ਲਓ ਜੀ ਇਸ ਤੋਂ ਬਾਅਦ ਅਸੀਂ ਇਹ 'ਚ ਨਮਕ ਐਡ ਕਰਾਂਗੇ, 2 ਸਮਾਲ ਟੇਬਲ ਸਪੂਨ ਅਸੀਂ ਨਮਕ ਪਾਇਆ। ਇਸ ਤੋਂ ਬਾਅਦ ਅਸੀਂ ਸ਼ੂਗਰ ਐਡ ਕਰਾਂਗੇ, ਚੀਨੀ, ਇਹ ਦੇਖੋ ਜੀ 5 ਕੁ ਟੇਬਲ ਸਪੂਨ ਹੈ, ਬਾਕੀ ਐਜ਼ ਪਰ ਟੇਸਟ ਤੁਸੀਂ ਚੀਨੀ ਪਾ ਸਕਦੇ ਹੋ, ਘੱਟ ਵੀ ਪਾ ਸਕਦੇ ਹੋ, ਵੱਧ ਵੀ ਪਾ ਸਕਦੇ ਹੋ, ਕਿਉਂਕਿ ਟਮਾਟਰ ਖੱਟੇ ਨੇ ਨਾ। 2 ਛੋਟੇ ਚਮਚ ਕਸ਼ਮੀਰੀ ਲਾਲ ਮਿਰਚ। ਲਓ ਜੀ ਇਸ ਤੋਂ ਬਾਅਦ ਹਾਫ ਬਾਊਲ ਸਿਰਕਾ ਯਾਨੀ ਕਿ ਵਿਨੇਗਰ ਐਡ ਕਰਾਂਗੇ, ਜੇ ਇਹ ਸਪੂਨ ਕਹੀਏ ਤਾਂ 7 ਕੁ ਟੇਬਲ ਸਪੂਨ ਹੋਣੇ ਆ ਜੀ, ਅੱਛੀ ਤਰ੍ਹਾਂ ਮਿਕਸ ਕਰ ਦੇਣਾ ਜੀ। ਇਹ ਦੇਖੋ ਜੀ 12 ਮਿੰਟ ਹੋ ਗਏ ਇਹਨੂੰ ਕੁੱਕ ਹੁੰਦੇ, ਅਤੇ ਅਸੀਂ ਹਾਲੇ ਫਲੇਮ ਲੋਅ ਕੀਤਾ ਕਿਉਂਕਿ ਅਸੀਂ ਚੈੱਕ ਕਰੀਏ ਕਿ ਬਣਿਆ ਕਿ ਨਹੀਂ ਬਣਿਆ। ਇੱਕ ਪਲੇਟ 'ਚ ਅਸੀਂ ਇੱਕ ਡਰੋਪ ਪਾਇਆ, ਥੋੜ੍ਹਾ ਠੰਡਾ ਹੋ ਲਵੇ, ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਥੋੜ੍ਹੀ ਪਲੇਟ ਨੂੰ ਉਲਟਾ ਕਰਾਂਗੇ, ਅਤੇ ਇਹ ਨੀਚੇ ਨੂੰ ਇਹ 'ਚੋਂ ਪਾਣੀ ਨਹੀਂ ਨਿਕਲਣਾ ਚਾਹੀਦਾ, ਜੇ ਪਾਣੀ ਨਹੀਂ ਨਿਕਲਦਾ ਤਾਂ ਸਮਝੋ ਇਹ ਸਾਡਾ ਬਣ ਕੇ ਤਿਆਰ ਹੈ। ਲਓ ਜੀ ਪਲੇਟ ਥੋੜ੍ਹੀ ਜਿਹੀ ਟੇੜੀ ਕਰਦੇ ਹਾਂ, ਇਹ ਦੇਖੋ ਥੋੜ੍ਹਾ ਜਿਹਾ ਪਾਣੀ ਇਹ 'ਚੋਂ ਅਲੱਗ ਆ ਰਿਹਾ, ਇਹਦਾ ਮਤਲਬ ਇਹ ਹਾਲੇ ਨਹੀਂ ਬਣਿਆ, ਥੋੜ੍ਹਾ ਜਿਹਾ ਹੋਰ ਕੁੱਕ ਕਰਨਾ ਪਏਗਾ। ਫਲੇਮ ਅਸੀਂ ਫਿਰ ਵਧਾ ਦਿੱਤਾ ਜੀ ਇਹਦਾ, ਇਹਨੂੰ ਕੁਛ ਦੇਰ ਹੋਰ ਕੁੱਕ ਕਰਦੇ ਹਾਂ। 15 ਮਿੰਟ ਹੋ ਗਏ ਅਤੇ ਫਿਰ ਅਸੀਂ ਉਹਦੇ 'ਤੇ ਪਲੇਟ 'ਤੇ ਇੱਕ ਡਰੋਪ ਪਾਇਆ, ਇਹ ਜਿਵੇਂ ਠੰਡਾ ਹੋਏਗਾ ਤਾਂ ਇਹਨੂੰ ਪਲੇਟ ਨੂੰ ਟੇੜਾ ਕਰਕੇ ਦੇਖਾਂਗੇ ਕਿ ਇਹ ਬਣਿਆ ਕਿ ਨਹੀਂ ਬਣਿਆ। ਲਓ ਜੀ ਫਿਰ ਚੈੱਕ ਕਰਦੇ ਹਾਂ ਜੀ ਇਹਨੂੰ, ਟੇੜਾ ਕਰਦੇ ਹਾਂ ਪਲੇਟ ਨੂੰ, ਥੋੜ੍ਹੀ ਜਿਹੀ ਕਸਰ ਹੈਗੀ ਹੈ ਜੀ, ਥੋੜ੍ਹਾ ਜਿਹਾ ਇਹਨੂੰ ਹੋਰ ਕੁੱਕ ਕਰਦੇ ਹਾਂ, ਥੋੜ੍ਹਾ ਜਿਹਾ ਥਿੱਕ ਕਰਨਾ ਪਏਗਾ ਹੋਰ ਸਾਨੂੰ। 3 ਕੁ ਮਿੰਟ ਅਸੀਂ ਹੋਰ ਕੁੱਕ ਕੀਤਾ ਅਤੇ ਅਸੀਂ ਦੁਬਾਰਾ ਫਿਰ ਟੈਸਟ ਕਰਦੇ ਹਾਂ ਜੀ। ਲਓ ਜੀ ਪਲੇਟ ਨੂੰ ਹੁਣ ਟੇੜਾ ਕਰਦੇ ਹਾਂ, ਬਸ ਇਹਦੇ 'ਚੋਂ ਅਲੱਗ ਪਾਣੀ ਬਾਹਰ ਨਹੀਂ ਆਉਣਾ ਚਾਹੀਦਾ, ਆਹ ਦੇਖੋ ਜੀ ਬਿਲਕੁਲ ਨੀਚੇ ਨੂੰ ਵੀ ਨਹੀਂ ਆ ਰਹੀ ਅਤੇ ਪਾਣੀ ਵੀ ਨਹੀਂ ਅਲੱਗ ਆ ਰਿਹਾ, ਅਤੇ ਇਹਦਾ ਮਤਲਬ ਇਹ ਹੈ ਵੀ ਸਾਡੀ ਟਮਾਟਰ ਦੀ ਸੌਸ ਬਣ ਕੇ ਬਿਲਕੁਲ ਤਿਆਰ ਹੈ। ਲਓ ਜੀ ਟਮੈਟੋ ਸੌਸ ਸਾਡੀ ਪੂਰੀ ਤਰ੍ਹਾਂ ਠੰਡੀ ਹੋ ਚੁੱਕੀ ਹੈ ਜੀ, ਤੋਂ ਅਸੀਂ ਇੱਕ ਜਾਰ 'ਚ ਸ਼ਿਫਟ ਕਰਦੇ ਹਾਂ ਜੀ। ਲਓ ਜੀ ਟੋਮੈਟੋ ਸੌਸ ਬਣ ਕੇ ਸਾਡੀ ਬਿਲਕੁਲ ਤਿਆਰ ਹੈ, ਉਮੀਦ ਕਰਦੇ ਹਾਂ ਸਾਡੀ ਰੈਸਪੀ ਤੁਹਾਨੂੰ ਅੱਛੀ ਲੱਗੇਗੀ, ਇੱਕ ਵਾਰੀ ਬਣਾ ਕੇ ਦੇਖੋ ਔਰ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਕਿ ਸਾਡੀ ਰੈਸਪੀ ਤੁਹਾਨੂੰ ਕੈਸੀ ਲੱਗੀ। ਥੈਂਕ ਯੂ ਵੈਰੀ ਮੱਚ।